ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਮੈਮ ਵੀਨਾ ਗੋਇਲ ਦੇ ਨਾਲ ਔਰ ਅੱਜ ਗੱਲ ਕਰਾਂਗੇ ਸਕੂਲਿੰਗ ਵੀਜ਼ਾ ਦੀ ਜਿਵੇਂ ਸਾਨੂੰ ਪਤਾ ਹੈ 7ਵੀਂ ਤੋਂ ਬਾਅਦ 8ਵੀਂ 9ਵੀਂ 10ਵੀਂ 11ਵੀਂ ਤੋਂ ਬਾਅਦ ਵੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਸਕੂਲਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਔਰ ਸਕਸੈਸ ਰੇਟ ਬਹੁਤ ਅੱਛਾ ਹੈ ਔਰ ਮੈਮ ਵੀਨਾ ਗੋਇਲ ਔਰ ਨੈਵੀਗੇਟਰਸ ਦੇ ਬਹੁਤ ਸਾਰੇ ਵੀਜ਼ਾ ਆਏ ਨੇ ਸਕੂਲਿੰਗ ਵੀਜ਼ਾ ਆਏ ਨੇ ਸੋ ਇਸ ਕਰਕੇ ਸਕੂਲਿੰਗ ਵੀਜ਼ਾ ਦੀ ਰਿਕੁਆਇਰਮੈਂਟ ਕੀ ਹੈ ਕਿਉਂਕਿ ਬੱਚੇ ਦੇ ਨਾਲ ਮਾਪੇ ਦੇ ਵਿੱਚੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਜਣਾ ਪੇਰੈਂਟਸ ਦੇ ਵਿੱਚੋਂ ਜ਼ਰੂਰ ਜਾਵੇ ਸੋ ਮੈਮ ਵੀਨਾ ਕੋਇਲ ਦੱਸਣਗੇ ਕਿ ਕਿਵੇਂ ਬੱਚੇ ਦੇ ਨਾਲ ਫੈਮਿਲੀ ਚੋਂ ਇੱਕ ਮੈਂਬਰ ਨਾਲ ਜਾ ਸਕਦਾ ਹੈ ਕਿੰਨੇ ਫਾਈਨਾਂਸ ਚਾਹੀਦੇ ਨੇ ਅਲਸ ਦੀ ਰਿਕੁਆਇਰਮੈਂਟ ਇਹਦੇ ਵਿੱਚ ਹੈ ਨਹੀਂ ਬੱਚੇ ਦੀ ਪਰਸੈਂਟੇਜ ਕਿੰਨੀ ਹੋਵੇ ਕਿਹੜਾ ਟਾਈਮ ਰਾਈਟ ਹੈ ਅਪਲਾਈ ਕਰਨ ਦਾ ਇਹ तमाम ਪੁਆਇੰਟ ਸਾਡੇ ਨਾਲ ਕਲੀਅਰ ਕਰਨਗੇ ਸੋ ਮੈਂ ਚਾਹੂੰਗਾ ਮੈਮ A to Z ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰੋ ਪਹਿਲੇ ਮੈਂ ਇੱਕ ਇੰਪੋਰਟੈਂਟ ਅਪਡੇਟ ਦੇਦਾ ਕਿ ਸਾਡੀ ਕੰਪਨੀ ਜਿਹੜਾ ਯੂਰਪ ਦਾ ਇੱਕ ਸੈਮੀਨਾਰ 8 ਅ ਦਸੰਬਰ ਦਾ ਔਰ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਦਾ 16 ਦਸੰਬਰ ਦਾ ਸੀ ਰੱਖਿਆ ਹੋਇਆ ਜਿੰਨੇ ਵੀ ਇਹਨਾਂ ਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਯੂਨੀਵਰਸਿਟੀ ਰੈਪਸ ਤੇ ਕੋਲ ਆ ਕੇ ਇਨਫੋਰਮੇਸ਼ਨ ਲੈਣੀ ਆ ਉਹ ਆ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਦੀ ਉਹ ਵੀ ਜਿਹੜਾ ਸਕੂਲਿੰਗ ਸਟੂਡੈਂਟ ਵੀਜ਼ਾ ਸਕੂਲਿੰਗ ਵੀਜ਼ਾ ਕੀ ਹੈ ਕਿ ਜਿਹੜਾ ਬੱਚਾ ਹਜੇ ਛੋਟਾ ਹੈ ਮੈਂ ਹੁਣ ਬਰਲਿਨ ਤੋਂ ਆਈਆਂ ਜਰਮਨੀ ਤੋਂ ਸਾਡੇ ਆਈਸੀਐਫ ਦੀ ਕਨਫੀਡੈਂਸ ਸੀ ਔਰ ਮੇਰੇ ਖਿਆਲ ਵਨ ਵੀਕ ਦੇ ਡੇਸ ਮੈਂ ਲਗਾ ਕੇ ਆਈਆਂ ਉੱਥੇ ਬਹੁਤ ਸਾਰੇ ਕੈਨੇਡਾ ਦੇ ਸਕੂਲ ਯੂਐਸ ਦੇ ਸਕੂਲਸ ਆ ऑस्ट्रेलिया ਦੇ ਨਿਊਜ਼ੀਲੈਂਡ ਦੇ ਆਉਂਦੇ ਆ ਅਸੀਂ ਪਹਿਲੇ ਹੀ ਬਹੁਤ ਸਾਲਾਂ ਤੋਂ ਵਿਕਟੋਰੀਅਨ ਗਵਰਨਮੈਂਟ ਦੇ ਅਥੋਰਾਈਜ਼ ਰਿਪਰੈਜ਼ੈਂਟੇਟਿਵਸ ਆ ਠੀਕ ਹੈ ਆਸਟ੍ਰੇਲੀਆ ਤੇ ਆਪਾਂ ਇਹ ਵੀਡੀਓ ਬਣਾ ਰਹੇ ਆ ਇਸ ਕਰਕੇ ਕਿ ਆਸਟ੍ਰੇਲੀਆ ਦਾ ਇਸ ਟਾਈਮ ਸਕੂਲਿੰਗ ਵੀਜ਼ਾ ਦਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ ਉਹ ਵੀ ਅਸੀਂ ਪੇਰੈਂਟਸ ਦੇ ਨਾਲ ਲਗਾ ਰਹੇ ਆ ਸਭ ਤੋਂ ਬੜੀ ਗੱਲ ਹੈ ਤੁਸੀਂ ਧਿਆਨ ਨਾਲ ਸੁਣੋ ਕਿ ਪੇਰੈਂਟਸ ਦੇ ਨਾਲ ਅਸੀਂ ਲਗਾ ਰਹੇ ਆ ਹੁਣ ਜਿਹੜਾ ਵੀਜ਼ੇ ਹੁਣ ਆਇਆ ਹੈ ਕੱਲ ਹੀ ਆਇਆ ਹੈ ਬੱਚਾ 7ਥ ਕਲਾਸ ਚ ਪੜਦਾ ਹੈ ਉਹਦੀ ਮਦਰ 60 ইয়ারਸ ਦੇ ਨਾਲ ਜਾ ਰਹੀ ਹੈ ਫਾਦਰ ਹੁੰ ਟੂਰਿਸਟ ਵੀਜ਼ਾ ਲੇਗਾ ਫੈਮਲੀ ਇਕੱਠੀ ਜਾਏਗੀ ਫਾਦਰ ਨੇ ਫੇਰ ਆ ਜਾਣਾ ਆਪਣਾ ਬਿਜ਼ਨਸ ਦੇਖਣਾ ਵੈਸੇ ਵੀ ਬਣਦਾ ਵੀ ਹੈ ਕਿ ਮਦਰ ਨਾਲ ਜਾ ਰਹੀ ਹੈ ਤੇ ਫਾਦਰ ਨੇ ਆ ਕੇ ਆਪਣਾ ਕੰਮ ਧੰਦਾ ਕਰਨਾ ਜਿਸ ਤੋਂ ਫੀਸਾ ਪੇ ਕਰੇਗਾ ਜਿਹੜਾ ਵੀ ਸਟੂਡੈਂਟ ਇਹਨਾਂ ਨੇ ਸੈਵਨ ਚ ਲਗਵਾਇਆ ਇਹਨਾਂ ਦੇ ਆਪ ਦੇ ਕੁਝ ਫਿਊਚਰ ਪਲਾਨਸ ਹੋਣਗੇ ਮੇਰੀ ਜਿਹੜੀ ਸਲਾਹ ਹੁੰਦੀ ਹੈ 8th onward 11th 12th tak tusi lagwao ke tonu jidda har bachcha australia jana cha reha hai kai vari onda profile nahi banda visa di bahut zyada problem aundi hai arts le liya percentage kaata hai ya do teen che jeda onda main subjects oh acche nahi hai ta better hai tusi jeda a route lende ho student visa wala schooling wala padan wala ਇਹ ਤੁਹਾਡਾ ਜਿਹੜਾ ਕਾਲਜ ਵਾਸਤੇ ਸਟੱਡੀ ਵਾਚ ਤੇ ਤੁਹਾਨੂੰ ਬਹੁਤ ਸਕਸੈਸਫੁਲ ਹੈ ਨਾਲ ਤੁਹਾਡੇ ਮਦਰ ਫਾਦਰ ਕੋਈ ਨਾਲ ਜਾਣਾ ਚਾਹੁੰਦੇ ਬੇਸਿਕਲੀ ਅਸੀਂ ਹਮੇਸ਼ਾ ਮਦਰ ਨੂੰ ਪ੍ਰੇਫਰ ਕਰਦੇ ਹਾਂ ਕਿਉਂਕਿ ਉਹ ਟੇਕ ਕੇਅਰ ਵਾਸਤੇ ਥੋੜਾ ਈਜ਼ੀ ਹੁੰਦਾ ਹੈ ਪਹਿਲੇ ਦੇ ਟਾਈਮ ਚ ਬਲਕਿ ਪੇਰੈਂਟਸ ਦਾ ਇੰਟਰਵਿਊ ਵੀ ਆ ਜਾਂਦਾ ਸੀ ਹੁਣ ਕੋਈ ਇੰਟਰਵਿਊ ਵੀ ਨਹੀਂ ਆ ਰਿਹਾ ਔਰ ਬਿਨਾ ਇੰਟਰਵਿਊ ਦੇ ਵੀਜ਼ੇ ਆ ਰਹੇ ਆ ਤੇ ਇਹ ਸਭ ਤੋਂ ਸੌਖਾ ਹੈ ਜਿਹੜਾ ਇਹਨਾਂ ਦਾ ਟੋਟਲ ਜੇ ਆਪਾਂ ਟਾਈਮ ਫਰੇਮ ਦੇਖੀਏ ਐਡਮਿਸ਼ਨ ਕਰਾਣੀ ਹੈ ਐਡਮਿਸ਼ਨ ਜਿਹੜਾ ਜਿੰਨੇ ਵੀ ਵਿਕਟੋਰੀਆ ਦੇ ਵਿੱਚ ਗਵਰਨਮੈਂਟ ਸਕੂਲਸ ਐ ਪੂਰੇ ਮੈਲਬੌਰਨ ਦੇ ਅੱਗੇ ਪਿੱਛੇ ਵਿਕਟੋਰੀਆ ਦੇ ਵਿੱਚ ਉਹ ਸਾਰੇ ਚ ਅਸੀਂ ਕਿਸੇ ਚ ਵੀ ਐਡਮਿਸ਼ਨ ਕਰਾ ਸਕਦੇ ਆ ਤੁਸੀਂ ਇਹ ਦੇਖੋ ਇੰਨੀ ਸਸਤੀ ਫੀਸ ਐ ਕਿ ਮੈਂ ਜਦ ਕੰਪੇਅਰ ਕੀਤਾ ਕੈਨੇਡਾ ਤੋਂ ਕੰਪੇਅਰ ਕੀਤਾ ਮੈਂ ਯੂਐਸ ਤੋਂ ਤੁਸੀਂ ਉਹ ਦੇਖੋ ਉੱਥੇ 60000 ਡਾਲਰ ਸਾਲ ਦੀ ਫੀਸ 70000 ਡਾਲਰ 80000 ਡਾਲਰ ਠੀਕ ਹੈ 노 ਡਾਊਟ ਉਹਦੇ ਵਿੱਚ ਬੋਰਡਿੰਗ ਹੈ ਪਰ ਇੱਥੇ ਅਸੀਂ ਖਾਲੀ 17000 ਡਾਲਰ ਚ ਕਰਾ ਰਹੇ ਹਾਂ ਔਰ ਯੂ ਐਸ ਡਾਲਰ ਤੇ ਆਸਟ੍ਰੇਲੀਅਨ ਡਾਲਰ ਦਾ ਬਹੁਤ ਫਰਕ ਹੈ ਆਸਟ੍ਰੇਲੀਅਨ ਡਾਲਰ ਤੁਹਾਡਾ 55 ਦੇ ਨੇੜੇ ਤੇੜੇ ਯੂ ਐਸ ਡਾਲਰ ਜਿਹੜਾ 80 ਡਾਲਰ 80 ਰੁਪੀਸ ਦਾ ਹੈ ਤੇ ਇਹ ਤਾਂ ਤੁਹਾਨੂੰ ਬਹੁਤ ਸਸਤਾ ਇੱਕ ਰਸਤਾ ਮਿਲ ਰਿਹਾ ਜਿਹਦੇ ਵਿੱਚ ਤੁਸੀਂ ਇੰਡੀਆ ਵੀ ਅੱਛੇ ਬੋਰਡਿੰਗ ਸਕੂਲ ਚ ਪੜੋਗੇ ਉੱਥੇ ਵੀ ਇੰਨੀ ਫੀਸ ਹੈ ਤੇ ਜੇ ਉੱਥੇ ਆਸਟ੍ਰੇਲੀਆ ਜਾ ਰਹੇ ਹੋ ਨੈਚੁਰਲ ਆ ਤੁਹਾਨੂੰ ਇੱਕ ਲਾਈਫ ਦਾ ایکسپੋਜ਼ਰ ਮਿਲ ਰਿਹਾ ਤੁਸੀਂ ਜਾ ਕੇ ਆਪਣਾ ਜਬ ਬੱਚਾ ਮੰਨ ਲਓ 10th ਵਿੱਚ ਆ ਜਾਂ 11th ਵਿੱਚ ਆ ਤੇ ਉਹਦਾ ਅੱਗੇ ਦਾ ਰਸਤਾ ਤੇ ਬਹੁਤ ਹੀ ਈਜ਼ੀ ਹੋ ਜਾਂਦਾ ਹੈ ਤੇ ਇਹਦੇ ਵਿੱਚ ਕੀ ਹੈ ਜਿਹੜਾ ਵੀਜ਼ਾ ਵਾਸਤੇ ਪੇਰੈਂਟਸ ਦੀ ਇਨਕਮ ਅੱਛੀ ਹੋਣੀ ਚਾਹੀਦੀ ਹੈ ਸੇਵਿੰਗਸ ਠੀਕ ਹੋਣੀ ਚਾਹੀਦੀ ਹੈ ਸਪான்ਸਰ ਦੇ ਤਾਂ ਹੀ ਤੁਸੀਂ ਵੀਜ਼ਾ ਲੈ ਸਕਦੇ ਕਿਉਂਕਿ ਕਿਧਰੇ ਵੀ ਤੁਸੀਂ ਜਾ ਰਹੇ ਹੋ ਤੁਹਾਡੇ ਕੋਲ ਫਾਈਨੈਂਸ਼ੀਅਲ ਮੀਨਸ ਹੈ ਤੁਸੀਂ ਪੜਨ ਵਾਸਤੇ ਉਹ ਕਿਉਂਕਿ 7th ਕਲਾਸ ਦੇ ਬੱਚੇ ਦਾ ਉਹਨਾਂ ਨੇ ਸਿੱਧਾ 5 ਸਾਲ ਦਾ ਵੀਜ਼ਾ ਦਿੱਤਾ ਜੀ ਤੁਸੀਂ ਇਹ ਦੇਖੋ ਉਹਦੇ ਬਾਅਦ ਬੱਚਾ ਅੱਗੇ ਐਡਮਿਸ਼ਨ ਲੈ ਕੇ ਅੱਗੇ ਐਕਸਟੈਂਡ ਹੋ ਜਾਏਗਾ ਤੇ ਵੀਜ਼ਾ ਲੰਬਾ ਦਿੰਦੇ ਆ ਪਰ ਇਹ ਹੈ ਕਿ ਤੁਹਾਡਾ ਜਿਹੜਾ ਫਾਈਨੈਂਸ਼ੀਅਲਸ ਮੀਨਸ ਥੋੜੇ ਠੀਕ ਦਿਖਾਣੇ ਆ ਇਨਕਮ ਟੈਕਸ ਰਿਟਰਨਾਂ ਥੋੜੀ ਠੀਕ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਤੁਸੀਂ ਪੜ੍ਹਾਈ ਕਰਨ ਵਾਸਤੇ ਜਾ ਰਹੇ ਉਹਦੇ ਵਾਸਤੇ ਪੇਰੈਂਟਸ ਅਫੋਰਡ ਕਰ ਸਕਦੇ ਕਿ ਨਹੀਂ ਇੱਕ ਇਹ ਮੇਨ ਮੁੱਦਾ ਰਹਿੰਦਾ ਹੈ ਜ ਜੇ ਪੇਰੈਂਟਸ ਕੋਲ ਇਨਕਮ ਠੀਕ ਹੈ bizness ਠੀਕ ਹੈ ਮਦਰ ਨਾਲ ਜਾਣਾ ਚਾਹੁੰਦੇ ਹੈ ਦਿਸ ਇਸ ਦਾ ਗੁੱਡ ਅਪਰਚੂਨਿਟੀ ਫॉर ਦਾ ਸਕੂਲਿੰਗ ਵੀਜ਼ਾ ਉਹਨਾਂ ਦਾ ਜੈਨ ਇਨਟੇਕ ਹੈ ਜੈਨ ਇਨਟੇਕ ਵਾਸਤੇ ਹਜੇ ਤੁਸੀਂ ਅਪਲਾਈ ਕਰ ਸਕਦੇ ਹੋ ਦੇਖੋ ਕੋਈ ਵੀ ਜਦ ਯੂਨੀਵਰਸਿਟੀ ਰੈਪ ਆਂਦੇ ਆ ਬੱਚਾ ਸਕਾਲਰਸ਼ਿਪ ਡਾਇਰੈਕਟ ਲੈ ਸਕਦਾ ਉਹਨਾਂ ਤੋਂ ਔਰ ਹਰ ਯੂਨੀਵਰਸਿਟੀ ਦਾ ਰੈਪ ਆਪਣੇ ਆਪਣੇ ਆਪ ਚ ਸਪੈਸ਼ਲਾਈਜ਼ਡ ਹੈ ਇਸ ਕਰਕੇ ਉਸ ਯੂਨੀਵਰਸਿਟੀ ਦੀ ਪਾਰਟੀਕੂਲਰ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਜਿਆਦਾ ਅੱਛੀ ਮਿਲ ਜਾਂਦੀ ਹੈ ਤੇ ਉਹ ਜਦ ਇਨਫੋਰਮੇਸ਼ਨ ਲੈਣ ਆਉਂਦੇ ਆ ਔਰ ਉਸ ਦਿਨ ਕਾਫੀ ਸਾਰੀ ਹੋਰ ਵੀ ਇਨਫੋਰਮੇਸ਼ਨ ਮਿਲਦੀ ਹੈ ਬੱਚੇ ਨੂੰ ਕੋਈ ਅਪਲੀਕੇਸ਼ਨ ਫੀਸ ਵੇਵਰ ਹੈ ਜਾਂ ਕਿਉਂਕਿ ਹੁਣ ਕੋਈ ਵੀ ਕੰਟਰੀ ਦਾ ਜੈ ਅਪਲਾਈ ਕਰਨਾ ਹੈ ਤਾਂ ਦਿਸ ਇਜ਼ ਦਾ ਲਾਸਟ ਟਾਈਮ بس ਤਾਂ ਲੇਟ ਹੋ ਗਿਆ ਬਟ ਜਨ ਵਾਸਤੇ ਹਜੇ ਵੀ ਜਿੱਦਾਂ ਆਸਟ੍ਰੇਲੀਆ ਦੀ ਹਜੇ ਆਪਸ਼ਨ ਹੈ ਯੂਰਪ ਦੀ ਕੁਝ ਆਪਸ਼ਨਸ ਹੈ ਉਹਦੇ ਵਾਸਤੇ ਅਪਲਾਈ ਕਰ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ। ਸੋ ਤੁਸੀਂ ਵੀ ਅਗਰ ਸਕੂਲਿੰਗ ਵੀਜ਼ਾ ਲਈ ਇੰਟਰਸਟਿਡ ਹੋ ਆਪਣੇ ਬੱਚੇ ਦੇ ਤੇ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਗੱਲ ਕਰ ਸਕਦੇ ਹੋ ਅਪਾਰਟਮੈਂਟ ਬਣਾ ਕੇ ਮਿਲ ਸਕਦੇ ਹੋ। ਚੰਡੀਗੜ੍ਹ ਦੇ ਵਿੱਚ ਮੈਮ ਵੀਨਾ ਗੋਇਲ ਦਾ ਆਫਿਸ ਹੈ। ਥੈਂਕ ਯੂ ਸੋ ਮਚ। ਥੈਂਕ